ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਥ ਸਪੀ ਹੀਥ ਕੇਅਰ ਸੈਂਟਰ ਨਰਾਤੋ ਜੀ ਆ ਵੀ ਦਾ ਗੁਟਾਂਡ ਕੋਰਤਨ ਬਾਦ ਅੱਜ ਦੀ ਜਿਹੜੀ ਵੀਡੀਓ ਹੈ ਜਿਹੜੇ ਪੇਸ਼ੈਂਟ ਬਹੁਤ ਲੰਮੇ ਸਮੇਂ ਤੋਂ ਕਬਜ਼ੇ ਦੇ ਨਾਲ ਪੀੜਤ ਨੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਨੇ ਪਰ ਉਹਨਾਂ ਦੀ ਕਬਜ਼ੀ ਕਿਸੇ ਪਾਸਿਓਂ ਵੀ ਠੀਕ ਨਹੀਂ ਹੋ ਪਾਈ ਉਮੀਦ ਹੈ ਵੀ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਜਿਹੜਾ ਨੁਸਖਾ ਤੁਹਾਨੂੰ ਦੇਸੀ ਨੁਸਖਾ ਦੱਸਣ ਜਾ ਰਹੇ ਹਾਂ ਇਸ ਦੇਸੀ ਨੁਸਖੇ ਨੂੰ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਪੰਸਾਰੀ ਤੋਂ ਦਵਾਈਆਂ ਲਿਆ ਕਰਕੇ ਜਿਹੜੀਆਂ ਦਵਾਈਆਂ ਤੁਹਾਨੂੰ ਮੈਂ ਦੱਸਣ ਲੱਗਿਆ ਉਹ ਸਾਫ ਸੁਥਰੀਆਂ ਦਵਾਈਆਂ ਲੈ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਮਤਲਬ ਸਾਫ ਸੁਥਰਾ ਮਤਲਬ ਕਰਕੇ ਹੀ ਉਹਨਾਂ ਦੇ ਵਿੱਚੋਂ ਜੋ ਕੂੜਾ ਕਰਕਟ ਹੈ ਕਈ ਵਾਰੀ ਕੀ ਹੁੰਦਾ ਆਪਾਂ ਦੇਖਦੇ ਹਾਂ ਵੀ ਦੇਸੀ ਦਵਾਈਆਂ ਦੇ ਵਿੱਚ ਆਲ ਤੂਫਲ ਤੂ ਦੇ ਡੱਕੇ ਡੋਲੇ ਜਿਹੜੇ ਹੈਗੇ ਨੇ ਉਹ ਇਕੱਠੇ ਹੋਏ ਹੁੰਦੇ ਨੇ ਜਾਂ ਰੂੜੇ ਰੱਪੇ ਇਕੱਠੇ ਹੋਏ ਹੁੰਦੇ ਨੇ ਉਹਨਾਂ ਨੂੰ ਤੁਸੀਂ ਪਾਸੀ ਕਰਕੇ ਜਿਹੜੀ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਜਿਹੜੇ ਤੁਹਾਨੂੰ ਕ੍ਰੀਵਨ ਦਵਾਈਆਂ ਦੱਸਣ ਜਾ ਰਹੇ ਹਾਂ ਉਹ ਦਵਾਈਆਂ ਤੁਸੀਂ ਲਿਆ ਕਰਕੇ ਉਹਨਾਂ ਦਾ ਸੁਮੇਲ ਕਰਨਾ ਇਕੱਠਾ ਬਣਾ ਕਰਕੇ ਉਹਨਾਂ ਨਾਲ ਇੱਕ ਚੂਰਨ ਤਿਆਰ ਕਰਨਾ ਉਹ ਚੂਰਨ ਤੁਹਾਡੀ ਕਬਜੀ ਨੂੰ ਕ੍ਰੀਵਨ ਕ੍ਰੀਵਨ ਜਿਹੜੇ ਬਹੁਤ ਲੰਮੇ ਸਮੇਂ ਤੋਂ ਪੀੜਿਤ ਨੇ ਕਬਜੀ ਦੇ ਨਾਲ ਉਹਨਾਂ ਦੀ ਕਬਜੀ 25 ਤੋਂ 35 ਪੈਸੇ ਉਸ ਨਾਲ ਠੀਕ ਹੋ ਸਰਬੀ ਹੈ ਇੰਨੀ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਅੱਥਰ ਤੱਕ ਚੁੱਕੇ ਹੁੰਦੇ ਨੇ ਜਿਨ੍ਹਾਂ ਨੂੰ ਨਾਰਮਲ ਪ੍ਰੋਬਲਮ ਹੈ ਥੋੜੇ ਸਮੇਂ ਤੋਂ ਪ੍ਰੋਬਲਮ ਰਹਿਣ ਲੱਗੀ ਹੈ ਕਬਜੀ ਦੀ ਉਹ ਪੇਸ਼ੈਂਟ ਇਸ ਨੁਸਖੇ ਦੇ ਨਾਲ ਬਿਲਕੁਲ ਹੀ ਠੀਕ ਹੋਣ ਦੇ ਚਾਂਸਸ ਹੈਗੇ ਨੇ ਉਹਨਾਂ ਦੇ ਕਿਉਂਕਿ ਮੈਂ ਇੰਨੀ ਗੱਲ ਤਾਂ ਕਹਿ ਰਿਹਾ ਕਈ ਇਨਸਾਨ ਇਹਨੂੰ ਪੂਰੀ ਮਤਲਬਾ ਦੇ ਵਿੱਚ ਸਹੀ ਢੰਗ ਨਾਲ ਬਣਾ ਪਾਣਗੇ ਕਈ ਨਹੀਂ ਬਣਾ ਪਾਣਗੇ ਕਈ ਇਨਸਾਨ ਜਿਹੜੇ ਹੈਗੇ ਇਹਨੂੰ ਸਹੀ ਢੰਗ ਨਾਲ ਵਰਤਣਗੇ ਜਿਵੇਂ ਤੁਹਾਨੂੰ ਦੱਸਾਂਗੇ ਕਈ ਨਹੀਂ ਵਰਤਣਗੇ ਇਸ ਕਰਕੇ ਇੰਨੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿਉਂਕਿ ਬਾਅਦ ਵਿੱਚ ਕਈ ਇਨਸਾਨ ਇਹ ਸੋਚਦੇ ਨੇ ਈ ਯਾਰ ਸਾਨੂੰ ਨੁਸਖਾ ਦੱਸਿਆ ਸੀ ਅਸੀਂ ਨੁਸਖਾ ਬਣਾਇਆ ਵੀ ਪੈਸੇ ਲਾਏ ਵੀ ਸਾਡੇ ਮਤਲਬ ਵਰਕਆਊਟ ਨਹੀਂ ਕੀਤਾ ਤੁਹਾਨੂੰ ਨੁਸਖੇ ਮੈਂ ਤਾਂ ਦੱਸਣ ਲੱਗਿਆ ਵੀ ਕਈ ਇਨਸਾਨ ਜਿਹੜੇ ਹੈਗੇ ਨੇ ਜਿਹੜੇ ਅਸੀਂ ਤੁਹਾਨੂੰ ਟੰਗ ਦੱਸਦੇ ਆ ਤਰੀਕੇ ਦੱਸਦੇ ਆ ਵੀ ਤੁਸੀਂ ਆਪਣੀ ਜ਼ਿੰਦਗੀ ਚ ਆ ਸੁਧਾਰ ਕਰਨਾ ਸ਼ੁਰੂ ਕਰ ਲਓ ਆ ਸੁਧਾਰ ਕਰਨਾ ਸ਼ੁਰੂ ਕਰ ਲਓ ਉਸ ਸੁਧਾਰ ਨੂੰ ਲੋਕ ਮੰਨਦੇ ਨਹੀਂ ਕਈ ਇਨਸਾਨ ਜਿਹੜੇ ਮੰਨਦੇ ਨੇ ਜਿਹੜੇ ਮਰੀਜ਼ ਮੰਨਦੇ ਨੇ ਉਹ ਮਰੀਜ਼ ਬਹੁਤ ਵਧੀਆ ਠੀਕ ਹੁੰਦੇ ਨੇ ਤੇ ਕਈ ਸ਼ਾਰਟਕਟ ਰਸਤਾ ਲੱਭਦੇ ਨਹੀਂ ਵੀ ਸਾਨੂੰ ਜੀ ਦਵਾਈਆਂ ਦੱਸੋ ਅਸੀਂ ਦਵਾਈਆਂ ਲੈ ਲਈਏ ਦਵਾਈਆਂ ਦੇ ਨਾਲ ਅਸੀਂ ਮਤਲਬ ਹੈਗਾ ਆਪਣੀ ਬਾਉਰੀ ਨੂੰ ਠੀਕ ਕਰ ਸਕੀਏ ਤੇ ਚਲੋ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜੜੀਆਂ ਬੂਟੀਆਂ ਦੱਸਣ ਲੱਗਿਆ ਉਹ ਜੜੀਆਂ ਬੂਟੀਆਂ ਤੁਸੀਂ ਜਿਹੜੀਆਂ ਹੈਗੀਆਂ ਪੰਸਾਰੀ ਤੋਂ ਲਿਆ ਕਰਕੇ ਸਾਫ਼ ਸੁਥਰੀਆਂ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂੋਂ ਤੋਂ ਕਾਕ ਕੰਡਾ ਕੱਢ ਕੇ ਡੱਕਾ ਡੋਲਾ ਕੱਢ ਕੇ ਜੋ ਹੈ ਉਹਨੂੰ ਤਕਰੀਬਨ ਤਕਰੀਬਨ ਸਾਮੇ ਸੁਕਾ ਕੇ ਚੰਗੀ ਦਿਨ ਜੇ ਨਾ ਸੁੱਕੀਆਂ ਮਿਲਣੀਆਂ ਤੁਹਾਨੂੰ ਇਈ ਵਾਰ ਕੀ ਹੁੰਦਾ ਮਤਲਬ ਥੋੜੀਆਂ ਸਲਾਬੀਆਂ ਹੁੰਦੀਆਂ ਨੇ ਬੰਸਾਰੀਆਂ ਦੇ ਕੋਲ ਤਾਂ ਆਪਾਂ ਇਹਨਾਂ ਨੂੰ ਸਾਵੇਂ ਸੁਕਾ ਲੈਣਾ ਸੁਕਾ ਕਰਕੇ ਥੋੜੀ ਇਹਨਾਂ ਦਵਾਈਆਂ ਦੇ ਵਿੱਚ ਮਿਹਨਤ ਆਉਂਦੀ ਹੈ ਬਣਾਉਣ ਦੇ ਵਿੱਚ ਤੁਸੀਂ ਜਿਵੇਂ ਕਿ ਮੈਂ ਤੁਹਾਨੂੰ ਬੋਲਣ ਲੱਗਿਆ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਿਓ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਸੁਣ ਕੇ ਤੁਸੀਂ ਬਣਾਉਣਾ ਬੜੇ ਢੰਗ ਦੇ ਨਾਲ ਫਿਰ ਇਹ ਤੁਹਾਡੇ ਤੇ ਕੰਮ ਕਰੇਗਾ ਸਭ ਤੋਂ ਪਹਿਲਾਂ ਤੁਸੀਂ ਆਉਲਾ ਲੈਣਾ ਜੀ 10 ਗ੍ਰਾਮ ਉਸ ਤੋਂ ਬਾਅਦ ਲੈਣੀ ਹੈ ਹਰੜ 10 ਗ੍ਰਾਮ ਸੁੰਡ ਲੈਣੀ ਹੈ 10 ਗ੍ਰਾਮ ਫਿਰ ਲੈਣੀ ਹੈ ਤੁਸੀਂ ਪਿਪਲੀ ਫਿਰ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਗੁਲਾਬ ਦੇ ਸੁੱਕੇ ਪੱਤੇ ਉਸ ਤੋਂ ਬਾਅਦ ਤੁਸੀਂ ਸਰਨਾ ਲੈਣੀ ਹੈ ਸਰਨਾ 10 ਗ੍ਰਾਮ ਲੈਣੀ ਹੈ ਗੁਲਾਬ ਦੇ ਪੱਤੇ ਜਿਹੜੇ ਉਹ 5 ਗ੍ਰਾਮ ਲੈਣੇ ਆ ਜਿਹੜੇ ਪਿਪਲੀ ਤੁਹਾਨੂੰ ਮੈਂ ਪਹਿਲਾਂ ਬੋਲ ਚੁੱਕਿਆ ਉਹ 5 ਗ੍ਰਾਮ ਲੈਣੀ ਆ ਤੁਸੀਂ ਸੌਂਫ ਆ ਜਿਹੜੀ ਉਹ 10 ਗ੍ਰਾਮ ਲਓਗੇ ਉਸ ਤੋਂ ਬਾਅਦ ਵਿੱਚ ਤੁਸੀਂ ਲੈਣਾ ਜੀ ਕਰੀਬਨ ਕਾਲਾ ਲੂਣ ਕਾਲਾ ਲੂਣ ਲੈਣਾ ਤੁਸੀਂ ਕਰੀਬਨ 4 ਗ੍ਰਾਮ ਦੇ ਕਰੀਬਨ ਤੇ ਇਸਬਗੋਲ ਜਿਹੜਾ ਹੈਗਾ ਤੁਸੀਂ ਲੈਣਾ 2.5 ਗ੍ਰਾਮ ਸਾਰਾ ਨੁਸਖਾ ਮੈਂ ਤੁਹਾਨੂੰ ਦੱਸ ਚੁੱਕਿਆ ਇਸ ਨੁਸਖੇ ਨੂੰ ਤੁਸੀਂ ਧਿਆਨ ਦੇ ਨਾਲ ਦੁਬਾਰਾ ਸੁਣ ਲਿਓ ਰੀਪੀਟ ਦੇ ਵਿੱਚ ਲਾ ਕੇ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਓ ਤੇ ਇਸ ਨੁਸਖੇ ਨੂੰ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪੰਜਾਬੀ ਦੇ ਵਿੱਚ ਲਿਖ ਕੇ ਦੇਵਾਂਗਾ ਕਿ ਇਹਨੇ ਨੇ ਗ੍ਰਾਮ ਆਹ ਚੀਜ਼ ਲੈਣੀ ਆ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਸਕਦੇ ਹੋ ਇਹਨੂੰ ਬਣਾਉਣ ਦਾ ਤਰੀਕਾ ਸੁਣ ਲਓ ਧਿਆਨ ਦੇ ਨਾਲ ਧਿਆਨ ਨਾਲ ਸੁਣ ਕੇ ਵੀਡੀਓ ਨੂੰ ਫਿਰ ਉਸ ਤੋਂ ਬਾਅਦ ਇਹਨੂੰ ਤਿਆਰ ਕਰਿਓ ਤੇ ਜੇ ਤੁਸੀਂ ਮਤਲਬ ਅਧੂਰੀ ਵੀਡੀਓ ਦੇਖ ਲੋਂਗੇ ਪੂਰੀ ਵੀਡੀਓ ਨਹੀਂ ਦੇਖੋਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਮਨ ਚ ਏਦਾਂ ਲੱਗਦਾ ਰਹਿੰਦਾ ਵੀ ਜੀ ਇੱਕ ਜਿਵੇਂ ਤਿਆਰ ਹੋਏਗਾ ਫਿਰ ਫੋਨ ਕਰਕੇ ਤੁਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਹੋ ਇਸ ਤਰ੍ਹਾਂ ਕਰਕੇ ਕੀ ਹੈ ਵੀ ਕੋਸ਼ਿਸ਼ ਹੱਤਵਨ ਕਿ ਮੇਰੀ ਇਹੀ ਬੇਨਤੀ ਹੈ ਵੀ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਵੀ ਜਿਹੜਾ ਨੁਸਖਾ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਉਹਨੂੰ ਵੀਡੀਓ ਚੰਗੀ ਤਰ੍ਹਾਂ ਸੁਣ ਕੇ ਉਸ ਤਰ੍ਹਾਂ ਤਿਆਰ ਕਰਕੇ ਇਹਨੂੰ ਵਰਤਣਾ ਸ਼ੁਰੂ ਕਰ ਲਓ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਲੈਣੀਆਂ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਕਰਕੇ ਪੀਸ ਲੈਣਾ ਹੁਣ ਕਈ ਇਨਸਾਨ ਕੀ ਕਰਦੇ ਆ ਪੰਸਾਰੀ ਤੋਂ ਲੈਂਦੇ ਆ ਸਮਾਨ ਜਿਵੇਂ ਦੱਸਿਆ ਓਵੇਂ ਪੰਸਾਰੀ ਤੋਂ ਲੈ ਲਿਆ ਇਕੱਠਾ ਕਰਤਾ ਪੰਸਾਰੀ ਨੇ ਇੱਕੋ ਲਖਾਫੇ ਚ ਪਾਤਾ ਉਹਨੂੰ ਕਹਿੰਦੇ ਚੱਕੀ ਤੇ ਪੇਹਾ ਲਓ ਆਪਾਂ ਚੱਕੀ ਤੇ ਪੇਹਾ ਲਨੇ ਆਪਾਂ ਕੀ ਕਰਦੇ ਆ ਤੇਜ਼ ਚੱਕਰਾਂ ਤੇ ਚੱਕੀ ਜਿਹੜੀ ਹੈਗੀ ਆ ਪੀਸ ਦਿੰਦੀ ਹੈ ਉਹਦੇ ਨਾਲ ਕੀ ਹੁੰਦਾ ਜਿਹੜੇ ਦਵਾਈਆਂ ਦੇ ਵਿੱਚ ਗੁਣਾ ਕੁਦਰਤੀ ਗੁਣਾ ਉਹ ਖਤਮ ਹੋ ਜਾਂਦਾ ਫਿਰ ਕੀ ਕਰੀਵਣ ਇਹਦਾ ਜਿਹੜਾ ਫੋਕਟ ਹੈ ਜਿਹੜਾ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਤੁਸੀਂ ਡੱਕੇ ਡਵਲੇ ਜਿਹੜੇ ਹੈਗੇ ਨੇ ਜਾਂ ਉਹਦੇ ਵਿੱਚ ਰੋੜਾ ਰੱਪਾ ਜੋ ਕੋਈ ਹੈ ਮਿੱਟੀ ਕਟਾ ਪਿਆ ਹੋਆ ਦਵਾਈਆਂ ਦੇ ਵਿੱਚ ਉਹ ਨੂੰ ਤੁਸੀਂ ਪਾਸੀ ਕਰ ਦੇਣਾ ਉਹ ਚੀਜ਼ਾਂ ਵੀ ਵਿੱਚ ਹੀ ਪੀਸੀਆਂ ਜਾਂਦੀਆਂ ਤੇ ਫਿਰ ਜਿਹੜਾ ਦਵਾਈ ਹੈ ਦਵਾਈ ਦੇ ਵਿੱਚ ਗੁਣ ਨਹੀਂ ਰਹਿੰਦਾ ਜਦੋਂ ਗੁਣ ਨਹੀਂ ਰਹਿੰਦਾ ਤਾਂ ਉਹ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਕੰਮ ਅਧੂਰਾ ਕਰੇਗੀ ਘੱਟ ਕੰਮ ਕਰੇਗੀ ਫਿਰ ਦੋਸਤ ਜੰਨੇ ਆ ਜੀ ਮਤਲਬ ਸਾਨੂੰ ਨੁਸਖਾ ਦੱਸਿਆ ਸੀ ਪਰ ਉਹਨੇ ਕੰਮ ਨਹੀਂ ਕੀਤਾ ਇਸ ਕਰਕੇ ਬੇਨਤੀ ਮੇਰੀ ਹੱਥਵੰਨ ਕੀ ਇਹ ਹੈ ਤੁਹਾਨੂੰ ਵੀ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਲਿਖਾਈਆਂ ਨੇ ਇਹ ਤੁਸੀਂ ਸਾਰੇ ਆ ਜਿਹੜੀਆਂ ਬੂਟੀਆਂ કરી ਲਿਆ ਕਰਕੇ ਥਾਲਾਂ ਦੇ ਵਿੱਚ ਜਾਂ ਅਖਬਾਰਾਂ ਤੇ ਰੱਖ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਸਲਾਬੇ ਨੇ ਉਹਨਾਂ ਨੂੰ ਸੁਕਾ ਲਓ 1-2 ਦਿਨ ਦਾ ਮਿਹਨਤ ਦੀ ਗੱਲ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਕਰੀਬਨ ਜਿਹੜਾ ਹੈ ਮੈਕਸੀ ਦੇ ਵਿੱਚ ਮੱਲ ਨੂੰ ਪੀਸ ਸਕਦੇ ਹੋ ਜਾਂ ਫਿਰ ਕੁੰਡੇ ਕੋਟਣੇ ਨਾਲ ਪੀਸ ਸਕਦੇ ਹੋ ਜੇ ਕੁੰਡੇ ਕੋਟਣੇ ਨਾਲ ਪੀਸ ਕੇ ਮੈਕਸੀ ਦੇ ਵਿੱਚ ਛੋੜੇ ਚੱਕਰਾਂ ਤੇ ਮਤਲਬ ਇਹਨੂੰ ਘੁਮਾ ਕੇ ਇਹ ਚੂਰਨ ਬਣਾਇਆ ਜਾਏ ਬਣਾ ਕੇ ਚੂਰਨ ਉਸ ਤੋਂ ਬਾਅਦ ਇਹਨੂੰ ਕੱਪੜਸਾਨ ਕਰ ਲਿਆ ਜਾਏ ਕੱਪੜਸਾਨ ਕਰਨ ਤੋਂ ਬਾਅਦ ਇਹਦੀ ਥੋੜੀ ਮਾਤਰਾ ਦੇ ਵਿੱਚ ਹੀ ਤੁਸੀਂ ਮਤਲਬ ਇਹਨੂੰ ਲਾਉਂਗੇ ਤਾਂ ਉਹਦੇ ਨਾਲ ਹੀ ਤੁਹਾਡੇ ਤੇ ਕੰਮ ਕਰੇਗਾ ਇਹ ਹੁਣ ਕਈ ਇਨਸਾਨਾਂ ਨੂੰ ਮਤਲਬ ਕੱਪੜਸਾਨ ਕਰਕੇ ਭੱਸੀ ਜੀ ਬਣ ਜਾਂਦੀ ਉਹ ਲੈਣੀ ਔਖੀ ਲੱਗਦੀ ਆ ਤਾਂ ਉਹ ਕੱਪੜਸਾਨ ਨਾ ਕਰਨ ਇਹ ਵੀ ਹੋ ਸਕਦਾ ਹਾਂ ਇਹਦੇ ਵਿੱਚ ਕੀ ਆ ਤਰੀਕੇ 2 ਨੇ ਇੱਕ ਤਰੀਕਾ ਕੀ ਆ ਤੁਸੀਂ ਮਤਲਬ ਜਦੋਂ ਕਪੜਸਾਨ ਨਹੀਂ ਕਰਨਾ ਤਾਂ ਉਹਨੂੰ ਤੁਸੀਂ ਕੀ ਕਰੋਗੇ ਅੱਧਾ ਗਲਾਸ ਕਰੀਬਨ ਜਿਹੜਾ ਹੈਗਾ ਕਰੀਬਨ ਗਲਾਸ ਪਾਣੀ ਦਾ ਲੈ ਲਓ ਜਿੰਨਾ ਤੁਹਾਡੀ ਕੈਪੈਸਿਟੀ ਹੈ ਤੁਸੀਂ ਪੀ ਸਕਦੇ ਹੋ ਗਲਾਸ ਪਾਣੀ ਦਾ ਲੈ ਕੇ ਉਹਦੇ ਵਿੱਚ ਤੁਸੀਂ ਜੇ ਤੁਹਾਨੂੰ ਜਾਦੇ ਕਬਜ਼ੀ ਆ ਤਾਂ ਤੁਸੀਂ ਕਰੀਬਨ ਇੱਕ ਚਮਚਾ ਇਹਦਾ ਮਤਲਬ ਪਾਣਾ ਉਹਦੇ ਵਿੱਚ ਪਾਣੀ ਤੇ ਉਹਨੂੰ ਚੰਗੀ ਤਰ੍ਹਾਂ ਰਹਿਣ ਲੈਣਾ ਜਦੋਂ ਉਹ ਰਹਿਣਦਾ ਰਹਿਣਦਾ ਅੱਧਾ ਗਲਾਸ ਰਹਿ ਗਿਆ ਉਹਨੂੰ ਪੁਣ ਲੈਣਾ ਪੁਣ ਕੇ ਤੁਸੀਂ ਉਹਨੂੰ ਪੀਣਾ ਰਾਤ ਨੂੰ ਬਿਲਕੁਲ ਸੌਣ ਲੱਗਿਆ ਨਹੀਂ ਬਿਲਕੁਲ ਸੌਣ ਲੱਗਿਆ ਨੇ ਪੀਣਾ ਫਿਰ ਤੁਹਾਡੇ ਤੇ ਕੰਮ ਕਰੇਗਾ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵੀ ਫਿਰ ਵੀ ਮੈਨੂੰ ਕਬਜ਼ੀ ਬਹੁਤ ਜ਼ਿਆਦਾ ਹੈ ਇਹਹੀ ਨੁਸਖਾ ਤੁਸੀਂ ਰਾਤ ਨੂੰ ਪੀਣ ਲੱਗੇ ਵੀ ਪੀ ਲਵੋ ਤੇ ਸਵੇਰੇ ਉੱਠਣਸਾਰ ਵੀ ਪੀ ਲਵੋ ਜਿਹਦੇ ਨਾਲ ਤੁਹਾਨੂੰ ਬੈਨੀਫਿਟ ਹੋ ਜਾਏਗਾ ਦੂਸਰਾ ਢੰਗੀ ਇਹਨੂੰ ਲੈਂਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਕਪੜਸਾਨ ਕਰਕੇ ਤੁਸੀਂ ਚੂਰਨ ਬਣਾ ਲੈਣਾ ਉਹ ਚੂਰਨ ਦਾ ਤਕਰੀਬਨ ਜਿਹੜਾ ਹੈਗਾ ਤੁਸੀਂ ਤੀਜਾ ਖਿਸਾ ਚਮਚੇ ਦਾ ਜਿਹੜਾ ਹੈਗਾ ਤੁਸੀਂ ਮੂੰਹ 'ਚ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਮਤਲਬ ਟੇਸਟੀ ਕਰਦੇ ਕਰਦੇ ਉਹਨੂੰ ਚਵਾ ਕੇ ਅੰਦਰ ਨਿਗਾ ਲੈਣਾ ਉਤੋਂ ਦੀ ਪਾਣੀ ਪੀ ਲੈਣਾ ਪਾਣੀ ਜਿਹੜਾ ਪੀਣਾ ਤੁਸੀਂ ਗਰਮ ਪਾਣੀ ਪੀਣਾ ਬਿਲਕੁਲ ਪੈਣ ਲੱਗੇ ਸਵੇਰੇ ਉੱਠਣਸਾਰ ਵੀ ਇਸ ਤਰ੍ਹਾਂ ਹੀ ਤੁਸੀਂ ਕਰ ਸਕਦੇ ਹੋ ਇਹ ਤੁਹਾਨੂੰ ਦੋ ਤਰੀਕੇ ਨੇ ਹਾਂ ਜਿਹੜੇ ਇਨਸਾਨ ਜੀ ਕਰੀਬਨ ਕਰੀਬਨ ਬਹੁਤ ਲੰਮੇ ਸਮੇਂ ਦੇ ਪੀੜਤ ਨੇ ਮਤਲਬ ਕਬਜ਼ੀ ਦੀਆਂ ਤਰ੍ਹਾਂ ਤਰਲਨੀਆਂ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਨੇ ਉਹਨਾਂ ਦੇ ਅੰਦਰੋਂ ਇੰਟਰਨਲ ਤੌਰ ਤੇ ਅੰਤੜੀਆਂ ਦੇ ਵਿੱਚ ਬੋਲ ਮੂਵਮੈਂਟ ਪ੍ਰੋਪਰ ਨਾ ਹੋਣ ਕਰਕੇ ਲੈਕ ਸੈਪ ਫਲੂਇਡ ਪ੍ਰੋਪਰ ਨਾ ਬਣਨ ਕਰਕੇ ਇਹ ਪ੍ਰੋਬਲਮ ਆਈ ਹੁੰਦੀ ਹੈ ਮਕੈਨਿਜ਼ਮ ਜੋ ਹੈ ਅੰਤੜੀਆਂ ਦਾ ਮਤਲਬ ਪ੍ਰੋਪਰ ਤੌਰ ਤੇ ਵਰਕਆਊਟ ਨਹੀਂ ਕਰਦਾ ਜਿਸ ਦੇ ਕਰਕੇ ਇਹ ਪ੍ਰੋਬਲਮ ਕ੍ਰੀਟ ਹੋਈ ਹੁੰਦੀ ਹੈ ਉਹਨਾਂ ਪੇਸ਼ੈਂਟਾਂ ਨੂੰ ਨਾਲ ਦਵਾਈਆਂ ਹੋਰ ਵੀ ਲਾਉਣੀਆਂ ਪੈਂਦੀਆਂ ਜਿਹੜੀਆਂ ਕਿ ਅਸੀਂ ਪ੍ਰੋਪਰ ਚੈੱਕਅਪ ਕਰਕੇ ਆਪਣੇ ਕਲੀਨਿਕ ਦੇ ਵਿੱਚ ਟਰੀਟਮੈਂਟ ਦਿੰਨੇ ਆ ਜਿਹਦੇ ਨਾਲ ਕਿ ਬਹੁਤ ਪੇਸ਼ੈਂਟ ਵਧੀਆ ਠੰਗਦੇ ਨਾਲ ਸਕਸੈਸ ਨੇ ਜਿਹੜੇ ਗੌਰ ਕਰ ਰਹੇ ਆ ਜਿਹੜੇ ਨਹੀਂ ਗੌਰ ਕਰਦੇ ਉਹਨਾਂ ਦਾ ਅਸੀਂ ਕਹਿ ਨਹੀਂ ਸਕਦੇ ਜਿਹੜੇ ਗੌਰ ਕਰਦੇ ਆ ਸਹੀ ਠੰਗਣਾ ਚੱਲਦੇ ਆ ਉਹਨਾਂ ਦਾ ਪ੍ਰੋਪਰ ਵਿਧੀ ਵਿਧਾਨ ਦੇ ਨਾਲ ਸਾਰਾ ਟਰੀਟਮੈਂਟ ਸਹੀ ਠੰਗਦੇ ਨਾਲ ਹੁੰਦਾ ਤੇ ਜਿਹੜੇ ਪੇਸ਼ੈਂਟ ਇਥੇ ਇਸ ਨੁਸਕੇ ਨੂੰ ਗੌਰ ਦੇ ਨਾਲ ਵਰਤ ਲੈਣਗੇ ਸਿੰਪਲ ਛੋਟੀ ਮੋਟੀ ਪ੍ਰੋਬਲਮ ਜਿਹੜੀ ਕਵਜੀ ਦੀ ਹੈ ਥੋੜੇ ਸਮੇਂ ਤੋਂ ਉਹ ਠੀਕ ਹੋ ਜਾਣਗੇ ਤੇ ਜਿਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੋਂ ਪ੍ਰੋਬਲਮ ਹੈ ਉਹਨਾਂ ਨੂੰ ਨਾਲ ਪ੍ਰੋਪਰ ਚੈੱਕਅਪ ਕਰਕੇ ਅੰਤਰੀਆਂ ਦੀ ਮੂਵਮੈਂਟਸ ਵਗੈਰਾ ਦੇਣ ਵਾਲੀਆਂ ਮੈਡੀਸਿਨਾਂ ਦੇ ਕਰਕੇ ਅਸੀਂ ਓਕੇ ਕਰਦੇ ਹਾਂ ਤੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪੇਸ਼ੈਂਟ ਸਤਗੁਰੂ ਕਿਰਪਾ ਕਰਨ ਠੀਕ ਹੁੰਦੇ ਨੇ ਵਧੀਆ ਢੰਗ ਨਾਲ ਤੁਸੀਂ ਵੀ ਉਮੀਦ ਹੈ ਇਸ ਨੁਸਖੇ ਨੂੰ ਸਹੀ ਢੰਗ ਦੇ ਨਾਲ ਵਰਤੋ ਤਾਂ ਜੋ ਤੁਸੀਂ ਵਧੀਆ ਢੰਗ ਦੇ ਨਾਲ ਠੀਕ ਹੋ ਪਾਓ ਠੀਕ ਹੈ ਜੀ ਤੋ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾਲ ਰਿਲੇਟਡ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ ਅਤੇ ਜੇਕਰ ਤੁਹਾਨੂੰ ਲੱਗਦਾ ਵੀ ਇਹ ਨੁਸਖੇ ਨੇ ਸਾਡੇ ਤੇ ਬਹੁਤ ਵਧੀਆ ਕੰਮ ਕੀਤਾ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਵੱਧ ਤੋਂ ਵੱਧ ਦੁਨੀਆ ਦਾ ਇਸ ਨਾਲ ਫਲਾ ਹੋ ਸਕੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਰੀਕਾ ਜੀ